ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦਾ ਸ਼ੋਅ ਅਸੀਂ ਜਿਹੜਾ ਲੈ ਕੇ ਆਏ ਹਾਂ, ਇਹਦੇ ਵਿੱਚ ਗੱਲਬਾਤ ਕਰਾਂਗੇ ਜੀ ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ, ਕੈਨੇਡਾ ਜਿਹੜੇ ਰਿਜੈਕਟ ਹੋ ਗਏ ਸਟੂਡੈਂਟਸ ਉਹਨਾਂ ਨੂੰ ਲੈ ਕੇ, ਅਪਕਮਿੰਗ ਇਨਟੇਕਸ ਨੂੰ ਲੈ ਕੇ, ਜਾਂ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, UK ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟਲੀ ਕਾਲ ਉਸ ਨੰਬਰ 'ਤੇ ਕਰਨੀ ਹੈ ਜਿਹੜਾ TV ਸਕਰੀਨ 'ਤੇ ਫਲੈਸ਼ ਹੋ ਰਿਹਾ। ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਗੁਰਪ੍ਰੀਤ ਜੀ ਕ੍ਰੀਏਟਿਵ ਫਿਊਚਰ ਤੋਂ ਮੇਰੇ ਨਾਲ ਮੌਜੂਦ ਰਹਿਣਗੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਸੋ ਸ਼ੁਰੂਆਤ ਦੇ ਵਿੱਚ ਮੈਂ ਦੱਸ ਦੂੰਗਾ, ਜਿਹੜਾ ਜਿਹੜਾ ਕਾਲ ਕਰਨਾ ਚਾਹੁੰਦਾ ਰੇਂਜ 'ਚ ਰਹਿ ਕੇ ਅਤੇ ਇੱਕ ਸਾਫ਼ ਆਪਣੀ ਵੋਇਸ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੇ ਤਾਂ ਬਿਲਕੁਲ ਕਾਲ ਕਰਕੇ ਆਪਣਾ ਜਵਾਬ ਪੁੱਛ ਸਕਦਾ ਜੀ। ਇੱਕ ਔਨਲਾਈਨ ਸੈਸ਼ਨ ਰਹੇਗਾ ਕ੍ਰੀਏਟਿਵ ਫਿਊਚਰ ਵੱਲੋਂ, ਇਹ ਔਨਲਾਈਨ ਸੈਸ਼ਨ ਫਰੀ ਆਫ ਕੋਸਟ ਹੈ। ਇਸ ਤੋਂ ਬਾਅਦ ਵੀ ਜੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਕ੍ਰੀਏਟਿਵ ਫਿਊਚਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਹੈ, ਤੁਸੀਂ ਸੇਮ ਨੰਬਰ ਨੋਟ ਕਰ ਲਓ। ਸ਼ੋਅ ਦੇ ਵਿੱਚ ਕਾਲ ਕਿਸੇ ਕਾਰਨ ਨਹੀਂ ਮਿਲਦੀ ਕਿਉਂਕਿ ਕਾਫੀ ਕਾਲਸ ਇੱਕ ਟਾਈਮ 'ਤੇ ਆਉਂਦੀਆਂ ਨੇ, ਜਾਂ ਕਾਲ ਬਾਅਦ ਦੇ ਵਿੱਚ ਤੁਹਾਡੀ ਚੱਕੀ ਨਹੀਂ ਜਾਂਦੀ ਤਾਂ ਤੁਹਾਨੂੰ ਬੈਕ ਕਾਲ ਆ ਜਾਏਗੀ। ਇਹਨਾਂ ਦੀ ਟੀਮ ਤੁਹਾਨੂੰ ਪ੍ਰੋਪਰਲੀ ਜਵਾਬ ਜਿਹੜਾ ਉਹ ਦਏਗੀ ਜੋ ਤੁਹਾਨੂੰ ਚਾਹੀਦਾ। ਮੈਮ, ਓਵਰਆਲ ਜੇ ਗੱਲ ਕਰ ਲਈਏ ਆਪਾਂ UK ਤੋਂ, ਕਿਉਂਕਿ ਸਪਾਊਸ ਵੀਜ਼ਾ ਨਾਲ ਜਾਣ ਵਾਲੇ ਜਿਹੜੇ ਚਾਹਵਾਨ ਨੇ ਉਹ ਬਹੁਤ ਨੇ, ਉਹ ਕੁਐਰੀ ਕਰਦੇ ਨੇ ਵੀ ਵਿਦਾਊਟ ਆਇਲਸ ਹੋ ਜਾਏਗਾ ਜੀ, ਪਲੱਸ ਟੂ ਵਾਲੇ ਦਾ ਸਪਾਊਸ ਹੋ ਜਾਏਗਾ ਜੀ, ਜਾਂ ਸਿਰਫ ਗ੍ਰੈਜੂਏਸ਼ਨ ਵਾਲੇ ਦਾ ਹੋਏਗਾ। ਕਾਫੀ ਕੁਐਰੀ ਸੀਗੀਆਂ ਤੁਹਾਡੇ ਕੋਲ ਵੀ ਆਉਂਦੀਆਂ ਹੋਣੀਆਂ, ਉਹਨਾਂ ਬਾਰੇ ਕਾਉਂਸਲਿੰਗ। ਦੇਖੋ ਅਮਨ ਜੀ, ਜਦੋਂ UK ਲਈ ਬੱਚਾ ਅਪਲਾਈ ਕਰਨ ਆਉਂਦਾ ਹੈ, ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਜਿਹੜਾ ਪੈਕੇਜ ਆਪਾਂ ਬਿਠਾਇਆ ਹੋਇਆ ਨਾ ਉਹਨੂੰ ਕੱਢ ਦਈਏ, ਕਿਉਂਕਿ ਬਿਨਾਂ ਪੇ ਕੀਤੇ, ਬਿਨਾਂ ਸਿਸਟਮ 'ਚ ਪਏ, ਬਿਨਾਂ ਟਿਊਸ਼ਨ ਫੀਸ ਪੇ ਕੀਤੇ, ਬਿਨਾਂ ਅੰਬੈਸੀ ਫੀਸ ਪੇ ਕੀਤੇ, ਆਪਾਂ ਬਿਨਾਂ ਐਪਲੀਕੇਸ਼ਨ ਪੇ ਕੀਤੇ UK ਨਹੀਂ ਜਾ ਸਕਦੇ, ਨਹੀਂ ਅਪਲਾਈ ਕਰ ਸਕਦੇ। ਦੂਸਰੀ ਗੱਲ ਆ ਰਹੀ ਗੱਲ ESL ਵਾਲੇ ਬੱਚਿਆਂ ਦੀ, ESL ਵਿਦਾਊਟ ਆਈਲੈਟਸ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਬਿਲਕੁਲ ਕਰ ਸਕਦੇ ਨੇ। ਖਾਸ ਧਿਆਨ ਉਹ ਆਪਣੀ ਪਰਸੈਂਟੇਜ ਦਾ ਰੱਖਣ, 50% ਵਾਲੇ ਬੱਚੇ ਕਈ ਵਾਰ ਕਹਿੰਦੇ ਵਿਦਾਊਟ ਆਈਲੈਟਸ ਅਪਲਾਈ ਹੋ ਜੂਗਾ, ਬਹੁਤ ਮੁਸ਼ਕਿਲ ਹੈ UK ਦੇ ਵਿੱਚ 50% ਵਾਲਿਆਂ ਨੂੰ ਐਡਮਿਸ਼ਨ ਲੈਣਾ ਅਤੇ ਅਪਲਾਈ ਕਰਨਾ। ਦੂਸਰੀ ਗੱਲ ਆ, ਫੰਡ ਜ਼ਰੂਰ ਮੈਨੇਜ ਕਰਕੇ ਰੱਖਿਆ ਕਰੋ, ਕਿਉਂਕਿ ਫੰਡ 'ਤੇ ਆਣ ਕੇ ਬੱਚਾ ਅੜ ਜਾਂਦਾ ਹੈ, ਉੱਥੇ ਫਿਰ ਸਾਨੂੰ ਫਾਈਨਾਂਸਰ ਦੀ ਹੈਲਪ ਲੈਣੀ ਪੈਂਦੀ ਹੈ। ਫਿਰ ਜਾਂ ਮਾਈਂਡ ਮੇਕ ਕਰਕੇ ਆਓ ਕਿ ਤੁਸੀਂ ਜੇ ਫਾਈਨਾਂਸਰ ਦੀ ਹੈਲਪ ਲੈਣੀ ਆ ਤਾਂ ਜਿਹੜਾ ਤੁਸੀਂ ਪੈਸਾ ਲਾਇਆ ਉਹ ਰਿਫੰਡ ਨਹੀਂ ਹੁੰਦਾ ਫਾਈਨਾਂਸਰ ਕੋਲ ਕਦੀ ਵੀ। ਔਰ ਇੱਕ ਆਪਣੇ ਫਾਈਨਾਂਸਰ ਨੂੰ ਚੰਗੀ ਤਰ੍ਹਾਂ ਜੱਜ ਕਰੋ ਕਿ ਵਾਕਈ ਉਹ ਤੁਹਾਡੇ ਅਕਾਊਂਟ 'ਚ ਪੈਸਾ ਪਾ ਕੇ ਤੁਹਾਨੂੰ ਇੱਕ ਨੋਰਮਲ ਜੈਨੂਅਨ ਫੰਡ ਦੇ ਸਕਦਾ। UK ਦੇ ਵਿੱਚ ਕੋਈ ਵੀ ਪੁਰਾਣਾ ਫੰਡ ਨਹੀਂ ਚਾਹੀਦਾ। 28 ਦਿਨ ਪੁਰਾਣੇ ਵੀ ਤੁਸੀਂ ਮੈਨੂੰ ਫੰਡ ਦਿਓਗੇ ਤਾਂ ਵੀ ਆਪਾਂ ਫਾਈਲ ਪੁੱਟ ਆਨ ਕਰ ਸਕਦੇ ਹਾਂ, ਵੀਜ਼ਾ ਲੈ ਸਕਦੇ ਹਾਂ। ਬਟ ਸਿਸਟਮ ਨੂੰ ਸਮਝੀਏ ਆਪਾਂ, ਸਿਸਟਮ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। 50% ਵਾਲੇ ਜਿਹੜੇ ਬੱਚੇ ਆ ਇਸ ਟਾਈਮ ਕਾਫੀ ਮੁਸ਼ਕਿਲ ਹੋ ਰਹੀ ਹੈ ਉਹਨਾਂ ਦੀ ਐਡਮਿਸ਼ਨ ਕਰਵਾਉਣ ਦੇ ਵਿੱਚ, ਭਾਵੇਂ ਮੈਂ USA ਦੀ ਗੱਲ ਕਰਾਂ, ਕੈਨੇਡਾ ਦੀ ਗੱਲ ਕਰਾਂ, UK ਦੀ ਗੱਲ ਕਰਾਂ, ਆਸਟ੍ਰੇਲੀਆ ਦੀ ਕਰਾਂ। ਨਿਊਜ਼ੀਲੈਂਡ ਵੀ ਬਹੁਤ ਜਲਦ ਖੁੱਲ੍ਹਣ ਵਾਲਾ, ਉੱਥੇ ਵੀ 50% ਵਾਲੇ ਬੱਚਿਆਂ ਦੇ ਲਈ ਬਹੁਤ ਮੁਸ਼ਕਿਲ ਹੈ। ਇਸ ਕਰਕੇ 50% ਤੋਂ ਇੱਕ ਤਾਂ ਆਪਣੇ ਵੱਬ ਮਾਰਕਸ ਰੱਖੋ ਜੇ ਤੁਹਾਡੇ 50% ਆ, ਅਤੇ ਆਪਣੀ ਸਟੱਡੀ ਦੇ ਲਈ ਯੂਰਪ ਆਪਸ਼ਨ ਲੈ ਲਓ, ਕਿਉਂਕਿ 50% ਵਾਲੇ ਬੱਚਿਆਂ ਨੂੰ ਸਾਡੇ ਲਈ ਕਾਫੀ ਜਦੋਂ ਜਦ ਨਾਲ ਐਡਮਿਸ਼ਨ ਮਿਲਦੀ ਹੈ ਫਿਰ ਉਸ ਤੋਂ ਬਾਅਦ ਵੀਜ਼ਾ ਅਫਸਰ ਦਾ ਕੀ ਰਿਐਕਸ਼ਨ ਹੋਊਗਾ ਉਹ ਸਾਨੂੰ ਪਤਾ ਨਹੀਂ ਹੁੰਦਾ। ਕਿਤੇ ਨਾ ਕਿਤੇ ਅਮਨ ਜੀ, ਬੱਚਾ ਆਪਣੀ ਪ੍ਰੋਫਾਈਲ ਦੇ ਵਿੱਚ ਕਮੀ ਨਹੀਂ ਦੇਖਦਾ, ਚੁਆਇਸ ਉਹ ਇੰਨੀਆਂ ਵੱਡੀਆਂ ਵੱਡੀਆਂ ਸਾਡੇ ਕੋਲ ਲੈ ਕੇ ਆਉਂਦਾ, ਮੈਨੂੰ ਇਹ ਯੂਨੀਵਰਸਿਟੀ ਭੇਜ ਦਿਉ, ਇਹ ਕਾਲਜ ਦੇ ਵਿੱਚ ਭੇਜ ਦਿਉ, ਚੁਆਇਸ ਤੁਹਾਡੀ ਪੂਰੀ ਕਰਨ ਵਾਸਤੇ ਅਸੀਂ ਫੁਲਫਿਲ ਕਰਨ ਵਾਸਤੇ ਬੈਠੇ ਹਾਂ, ਬਟ ਤੁਹਾਡਾ ਪ੍ਰੋਫਾਈਲ ਵੀ ਠੀਕ ਹੋਣਾ ਚਾਹੀਦਾ ਹੈ। ਜਿਹੜੀ ਆਪਾਂ ਚੁਆਇਸ ਦੇ ਉੱਪਰ ਪੂਰਾ ਜ਼ੋਰ ਲਾ ਰਹੇ ਹਾਂ, ਆਪਾਂ ਨੂੰ ਪਰਸੈਂਟੇਜ ਦੇ ਉੱਪਰ ਵੀ ਪੂਰਾ ਜ਼ੋਰ ਦੇ ਕੇ ਉਹਦੇ 'ਤੇ ਵੀ ਪੜ੍ਹਾਈ ਕਰਨੀ ਚਾਹੀਦੀ ਹੈ। ਵਿਦਾਊਟ ਆਈਲੈਟਸ ਅਪਲਾਈ ਹੋ ਜੂਗਾ, ਬਟ 60 ਤੋਂ ਅਬਵ ਹੋਣ ਨੰਬਰ, 60% ਵਾਲੇ ਜਿਹੜੇ ਨੀਚੇ ਤੋਂ ਵਾਲੇ ਬੱਚੇ ਆ, 50 ਵਾਲੇ ਨੀਚੇ ਤੋਂ ਵਾਲੇ ਬੱਚੇ, ਉਹ ਯੂਰਪ ਆਪਸ਼ਨ ਲੈ ਲੈਣ ਜੀ। ਸੋ ਬਿਲਕੁਲ ਜੀ, UK ਬਾਰੇ ਮੇਰੇ ਖਿਆਲ ਇੱਕ ਬੜੀ ਵਧੀਆ ਤਰ੍ਹਾਂ ਸਮਝਾ ਦਿੱਤਾ ਗਿਆ। ਤੁਹਾਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਸਪਾਊਸ ਨੂੰ ਲਾਣ ਲੈ ਕੇ ਜਾਣਾ ਹੈ ਜਾਂ ਸਿੰਗਲ ਐਪਲੀਕੈਂਟ ਦੇ ਤੌਰ 'ਤੇ ਜਾਣਾ, ਕ੍ਰੀਏਟਿਵ ਫਿਊਚਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਹੈ। ਅਪਕਮਿੰਗ ਇਨਟੇਕ ਮੈਮ ਹੁਣ ਜਿਹੜਾ ਸਤੰਬਰ ਜਾਂ ਜਨਵਰੀ, ਸਤੰਬਰ ਜਾਂ ਜਨਵਰੀ ਆ, ਫਾਲ ਇਨਟੇਕ ਕੈਨੇਡਾ ਦੇ ਲਈ ਸਾਡੇ ਕੋਲ ਨਵੰਬਰ ਅਕਤੂਬਰ ਅਵੇਲੇਬਲ ਨੇ। ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ, ਜਿਹੜੇ ਬੇਸਿਕ ਕੋਰਸਿਸ ਲਈ ਬੱਚੇ ਅਪਲਾਈ ਕਰਦੇ ਨੇ ਉਹ ਕੋਰਸਿਸ ਦੇ ਵਿੱਚ ਐਡਮਿਸ਼ਨ, ਕੋਈ ਸਪੈਸਿਫਿਕ ਲੋਕੇਸ਼ਨ ਚੁਆਇਸ ਨਾ ਹੋਵੇ ਬੱਚਿਆਂ ਦੀ ਸਤੰਬਰ ਦੇ ਲਈ, ਜਨਵਰੀ ਲਈ ਹੁਣੇ ਤੋਂ ਸੀਟਸ ਜਿਹੜੀਆਂ ਬੁੱਕ ਹੋਣੀਆਂ ਸਟਾਰਟ ਹੋ ਗਈਆਂ, ਆਪਣੀਆਂ ਸੀਟਸ ਜਿਹੜੀਆਂ ਫੁਲਫਿਲ ਕਰ ਲਓ, ਆਪਣੀ ਆਫਰ ਲੈਟਰ, ਕੰਡੀਸ਼ਨਲ ਆਫਰ ਲੈਟਰ ਭਾਵੇਂ ਮੰਗਾ ਕੇ ਰੱਖ ਲਓ, ਪਰਲਰ ਤੁਸੀਂ ਆਈਲੈਟਸ ਦੀ ਤਿਆਰੀ ਕਰਦੇ ਰਹੋ। ਕੰਡੀਸ਼ਨਲ ਆਫਰ ਲੈਟਰ ਮੰਗਾਉਣਾ ਅੱਜ ਜਨਵਰੀ ਦੇ ਇਨਟੇਕ ਦੇ ਲਈ ਬਹੁਤ ਇੰਪੋਰਟੈਂਟ ਹੈ। ਸਤੰਬਰ ਲਈ ਵੀ ਅਪਲਾਈ ਕਰ ਸਕਦੇ ਹੋ, ਬਟ ਲਿਮਿਟਡ ਸਾਡੇ ਕੋਲ ਸੀਟਸ ਨੇ, ਲੋਕੇਸ਼ਨ ਚੁਆਇਸ ਨਹੀਂ ਮਿਲਦੀ। ਕਾਲ ਇਨ, ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਸਵਾਲ ਹੈ ਜੀ? ਸਰ, ਮੇਰਾ ਸਵਾਲ ਵੀਜ਼ਾ ਨੂੰ ਲੈ ਕੇ ਆ ਜੀ। ਮੈਂ ਨਾ 2019 ਮੇਰੀ ਕੈਨੇਡਾ ਤੋਂ ਰਿਫਿਊਜ਼ਲ ਸੀਗੀ ਜੀ।
ਉਸ ਤੋਂ ਬਾਅਦ ਮੈਂ ਫਿਰ ਪੀਜੀ ਦੀ ਸੀ ਕੀਤੀ ਹੈ ਜੀ ਪੰਜਾਬੀ ਯੂਨੀਵਰਸਿਟੀ ਬਟਾਲਾ ਤੋਂ ਤੇ ਮੈਂ ਹੁਣ ਸੋਚ ਰਿਹਾ ਕਿ ਮੈਂ ਨਿਊਜ਼ੀਲੈਂਡ ਦਾ ਅਪਲਾਈ ਕਰ ਸਕਦਾ ਜੀ ਆਇਲਸ ਕਿੰਨੇ ਨੇ ਤੁਹਾਡੇ ਸਰ ਮੇਰੇ ਹੁਣ ਇੱਕ ਚੋਂ 5.5 ਨੇ ਜੀ ਓਵਰਆਲ ਓਵਰਆਲ 6 ਨੇ ਮੇਰੇ ਫੰਡ ਵੀ ਸਰ ਆਪਣੇ ਨੇ ਸਾਰੇ ਜੈਨੂਇਨ ਫੰਡ ਨੇ ਜੀ ਮੇਰੀ ਪਹਿਲਾਂ ਰਿਫਿਊਜ਼ਲ ਸੀਗੀ ਕੈਨੇਡਾ ਤੋਂ ਬੱਚੇ ਨੇ ਦੱਸਿਆ ਆਪਾਂ ਗੈਪ ਤੋਂ ਸਟਾਰਟ ਹੋ ਜਾਂਦੇ ਹਾਂ ਕਹਿੰਦੇ ਕੀ ਰਿਕੁਆਇਰਮੈਂਟ ਆ ਫੰਡ ਜ਼ਰੂਰੀ ਚਾਹੀਦੇ ਬੱਚੇ ਨੂੰ ਉਹਦੇ ਵਿੱਚ ਜੈਨੂਇਨ ਫੰਡ ਹੋਣੇ ਚਾਹੀਦੇ ਅਸੀਂ ਕਦੀ ਵੀ ਨਹੀਂ ਇਹ ਗਾਈਡ ਕਰਦੇ ਕਿ ਤੁਸੀਂ ਫਾਈਨਾਂਸਰ ਹਾਇਰ ਕਰੋ ਫਾਈਨਾਂਸਰ ਤੋਂ ਫੰਡ ਕਰਾਓ ਦੂਸਰੀ ਗੱਲ ਆ ਜਿਹੜਾ ਆਈਲੈਟਸ ਸਕੋਰ ਹੈ ਸਫੀਸ਼ੈਂਟ ਆ ਅਪਲਾਈ ਹੋ ਜੂਗਾ ਬਟ ਇੱਕ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਕਿ ਅੱਗੇ ਟਰਮ ਐਂਡ ਕੰਡੀਸ਼ਨ ਨਿਊਜ਼ੀਲੈਂਡ ਸਾਡੇ ਲਈ ਕੀ ਰੱਖਦਾ ਹੈ ਹਜੇ ਸਾਡੇ ਕੋਈ ਵੀ ਆਈਟਨਰੀ ਨਹੀਂ ਆਈ ਪੁਰਾਣੇ ਬੇਸ 'ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਾਂ 28 ਦਿਨ ਪੁਰਾਣੇ ਫੰਡ ਦੇ ਉੱਤੇ ਅਪਲਾਈ ਕਰ ਸਕਦੇ ਹਾਂ ਗੈਪ ਜਸਟੀਫਿਕੇਸ਼ਨ ਤੁਹਾਨੂੰ ਦੇਣੀ ਪਊਗੀ ਆਈਲੈਟਸ ਸਕੋਰ ਤੁਹਾਡਾ ਸਫੀਸ਼ੈਂਟ ਆ ਅਪਲਾਈ ਕਰ ਸਕਦੇ ਹੋ ਇਹਦੇ 'ਤੇ ਬਾਕੀ ਤੁਸੀਂ ਆਪਣੀ ਜਿਹੜੇ ਕੋਰਸ ਆ ਉਹ ਆਪਣਾ ਡਿਸਾਈਡ ਕਰ ਲਓ ਐਂਡ ਲੋਕੇਸ਼ਨ ਡਿਸਾਈਡ ਕਰ ਲਓ ਕਾਲਜ ਡਿਸਾਈਡ ਕਰ ਲਓ ਤਾਂ ਕਿ ਜਿੰਨੇ ਚਿਰ 'ਚ ਓਪਨ ਹੋਊਗਾ ਆਪਾਂ ਨਾਲ ਦੀ ਨਾਲ ਤੁਹਾਡੀ ਫਾਈਲ ਜਿਹੜੀ ਆ ਪੁੱਟ ਔਨ ਕਰ ਦਾਂਗੇ ਇਹਦੇ ਵਿੱਚ ਸਾਨੂੰ ਸਮਾਂ ਨਹੀਂ ਲੱਗੇਗਾ ਬਿਲਕੁਲ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ ਭਾਵੇਂ ਤੁਸੀਂ ਕੈਨੇਡਾ ਤੋਂ ਰਿਫਿਊਜ਼ ਆ ਇਹਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਕੈਨੇਡਾ ਤੋਂ ਰਿਫਿਊਜ਼ ਬੱਚਾ ਨਿਊਜ਼ੀਲੈਂਡ ਅਪਲਾਈ ਨਹੀਂ ਕਰ ਸਕਦਾ ਜੀ ਸੋ ਬਿਲਕੁਲ ਜੀ ਨਿਊਜ਼ੀਲੈਂਡ ਨੂੰ ਲੈ ਕੇ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਮਿਲ ਗਈ ਹੋਏਗੀ ਹੁਣ ਨਿਊਜ਼ੀਲੈਂਡ ਦੇ ਗੁਆਂਢੀ ਮੁਲਕ ਬਾਰੇ ਵੀ ਗੱਲ ਕਰ ਲੈਂਦੇ ਜੀ ਆਸਟ੍ਰੇਲੀਆ ਜੀ ਵੀਜ਼ਾ ਕਿਹਨੂੰ ਦੇ ਰਿਹਾ ਅਤੇ ਰਿਜੈਕਸ਼ਨ ਕਿਹਦੀ ਆ ਰਹੀ ਹੈ ਬਟ ਉਹ ਤੋਂ ਪਹਿਲੇ ਕਾਲ ਲੈ ਲੈਂਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਸਵਾਲ ਹੈ ਸਰ ਰੋਸ਼ਨੀ ਗੱਲ ਕਰ ਰਹੀ ਹਾਂ ਰਾਜਸਥਾਨ ਤੋਂ ਜੀ ਮੈਮ ਅਤੇ ਮੈਂ 21 ਦੇ ਵਿੱਚ ਪਲੱਸ ਟੂ ਪਾਸ ਆਊਟ ਕੀਤੀ ਹੈ ਮੈਡੀਕਲ ਸਟ੍ਰੀਮ ਦਾ 94% ਮਾਰਕਸ ਸੀ ਮੇਰੇ ਤੇ 6 ਦਾ ਬੈਂਕ ਸਕੋਰ ਨੇ ਅਗਰ ਐਕਸ ਦੇ ਬਾਅਦ ਮੈਂ ਕਨਫਰਮ ਕਰਨਾ ਚਾਹੁੰਦਾ ਤੇ ਮੈਨੂੰ ਕਿਹੜੀ ਕੰਟਰੀ ਜ਼ੇਲ ਹੋਗੀ ਆਸਟ੍ਰੇਲੀਆ ਜਾਂ ਕੈਨੇਡਾ ਓਕੇ ਜੀ ਮੈਨੂੰ ਦੱਸੋ ਜੀ ਕਿਹੜੀ ਠੀਕ ਰਹੇਗੀ ਕੈਨੇਡਾ ਵੀ ਤੁਹਾਡੇ ਲਈ ਆਪਸ਼ਨ ਹੈਗੀ ਹੈ SDS ਕੇਸ ਆ ਤੁਹਾਡਾ ਬਹੁਤ ਅੱਛੀ ਪ੍ਰੋਫਾਈਲ ਹੈ ਗੈਪ ਨਾ ਵਧਾਓ ਕੈਨੇਡਾ ਅਪਲਾਈ ਹੋ ਜੂਗਾ ਵੀਜ਼ਾ ਨਿਕਲ ਜਾਣਾ SDS ਬਹੁਤ ਅੱਛੀ ਪ੍ਰੋਫਾਈਲ ਹੈ ਅਪਲਾਈ ਕਰ ਲਓ ਬਾਕੀ ਆਸਟ੍ਰੇਲੀਆ ਵੀ ਆਪਸ਼ਨ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਦੋਨੋਂ ਕੰਟਰੀਆਂ ਦੀ ਤੁਹਾਡੇ ਕੋਲ ਚੁਆਇਸ ਹੈ ਜੇ ਕੱਲ੍ਹ ਦੇ ਦਿਨ ਸੈਟਲਮੈਂਟ ਫੈਮਿਲੀ ਸੈਟਲਮੈਂਟ ਦੇਖਣੀ ਆ ਜਾਂ ਆਪਣੀ ਸੈਟਲਮੈਂਟ ਦੇਖਣੀ ਹੈਗੀ PR ਈਜ਼ੀ ਹੋ ਜੇ ਕੱਲ੍ਹ ਦੇ ਦਿਨ ਮੈਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਹੈ ਈਜ਼ੀਲੀ ਆ ਜਾ ਸਕਾਂ ਆਪਣੀ ਫੈਮਿਲੀ ਦੇ ਬੇਸ 'ਤੇ ਕਈ ਵਾਰ ਹੁੰਦਾ ਕਿ ਮੇਰੇ ਭੈਣ ਭਰਾ ਕੱਲ੍ਹ ਨੂੰ ਉਹਨਾਂ ਨੂੰ PR ਮਿਲ ਜੇ ਬਲੱਡ ਰਿਲੇਸ਼ਨ 'ਚ ਤਾਂ ਤੁਸੀਂ ਕੈਨੇਡਾ ਚੁਆਇਸ ਰੱਖ ਜਿਹੜਾ ਚੂਜ਼ ਕਰ ਸਕਦੇ ਹੋ ਨਹੀਂ ਅਦਰਵਾਈਜ਼ ਤੁਸੀਂ ਆਸਟ੍ਰੇਲੀਆ ਵੀ ਜਾ ਸਕਦੇ ਹੋ ਜੀ ਹੁਣ ਆਸਟ੍ਰੇਲੀਆ ਵੀਜ਼ਾ ਕਿਹਨਾਂ ਨੂੰ ਅਤੇ ਰਿਫਿਊਜ਼ਲ ਕਿਹਨਾਂ ਨੂੰ ਜੀ ਕੀ ਜੱਜ ਕਰਕੇ ਰਿਫਿਊਜ਼ ਕੀਤਾ ਜਾ ਰਿਹਾ ਕੀ ਜੱਜ ਕਰਕੇ ਵੀਜ਼ਾ ਦਿੱਤੇ ਜਾ ਰਹੇ ਨੇ ਦੇਖੋ ਅਮਨ ਜੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਬੱਚਾ ਰਿਫਿਊਜ਼ ਕਿਉਂ ਹੁੰਦਾ ਰਿਫਿਊਜ਼ ਉਦੋਂ ਹੁੰਦਾ ਹੈ ਜਦੋਂ ਵੀਜ਼ਾ ਅਫਸਰ ਨੂੰ ਤੁਹਾਡੇ ਪ੍ਰੋਫਾਈਲ ਦੇ ਉੱਤੇ ਡਾਊਟ ਹੋ ਜੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸੈਟੀਸਫੈਕਸ਼ਨ ਹੈ ਉਹ ਨਾ ਹੋਵੇ ਉਦੋਂ ਬੱਚਾ ਨੂੰ ਵੀਜ਼ਾ ਅਫਸਰ ਰਿਫਿਊਜ਼ ਕਰ ਦਿੰਦਾ ਜੇ ਮੈਂ ਕਹਾਂ ਕਿ ਬਿਨਾਂ ਸਮਝੇ ਵੀਜ਼ਾ ਅਫਸਰ ਨੇ 50 ਬੱਚਿਆਂ ਨੂੰ ਵੀਜ਼ਾ ਦੇ ਦਿੱਤਾ ਅਤੇ 25 ਨੂੰ 50 ਨੂੰ ਰਿਫਿਊਜ਼ ਕਰਤਾ ਇਹੋ ਜਿਹਾ ਕਦੀ ਨਹੀਂ ਹੋਇਆ ਪਿੱਛੇ ਜੇ ਆਸਟ੍ਰੇਲੀਆ ਨੇ ਅਪਲਾਈ ਜਿਹੜੇ ਬੱਚਿਆਂ ਨੇ ਕੀਤਾ ਸੀ ਜਿਨ੍ਹਾਂ ਦੇ ਫੰਡ ਕਲੀਅਰ ਨਹੀਂ ਹੋਏ ਸੀਗੇ ਫੰਡ ਕਲੀਅਰ ਹੋਣ ਦਾ ਮੇਰਾ ਭਾਵ ਹੈ ਕਿ ਇਨਕੁਆਇਰੀ ਜਿਹੜੀ ਕਲੀਅਰ ਨਹੀਂ ਹੋਈ ਸੀ ਭਾਵੇਂ ਉਹਨਾਂ ਦੇ ਜੈਨੂਅਨ ਫੰਡ ਸੀਗੇ ਬੈਂਕ ਤੋਂ ਜੇ ਉਹਨਾਂ ਦੀ ਇਨਕੁਆਇਰੀ ਕਲੀਅਰ ਨਹੀਂ ਹੋਈ ਫੋਨ ਕਾਲ ਥਰੂ ਜਾਂ ਈਮੇਲ ਥਰੂ ਤਾਂ ਉਹ ਵੀ ਬੱਚੇ ਰਿਫਿਊਜ਼ ਹੋਏ ਸੀ ਗੈਪ ਵਾਲੇ ਬੱਚੇ ਵੀ ਰਿਫਿਊਜ਼ ਹੋ ਰਹੇ ਨੇ ਜਾਂ ਕੁਛ ਮੈਨੂਪਲੇਟਡ ਆ ਵੀਜ਼ਾ ਅਫਸਰ ਉੱਥੇ ਵੀ ਤੁਹਾਨੂੰ ਉਡਾ ਰਿਹਾ ਇੱਕ ਬੱਚਾ ਮੇਰੇ ਕੋਲ ਪਿੱਛੇ ਜੇ ਆਸਟ੍ਰੇਲੀਆ ਵਾਲਾ ਵੀ ਆਇਆ ਸੀਗਾ ਜਿਹਦੇ 'ਚ ਕਿ ਉਹਦੇ ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ 'ਚ ਕਿਹਾ 50% ਵਾਲੇ ਯੂਰਪ ਆਪਸ਼ਨ ਲੈ ਲੈਣ ਉਹਨੂੰ ਆਪਸ਼ਨ ਦਿੱਤੀ ਗਈ +1 +2 ਦੇ ਡਾਕੂਮੈਂਟਸ ਬਣਾ ਕੇ ਆਸਟ੍ਰੇਲੀਆ ਅਪਲਾਈ ਕੀਤਾ ਗਿਆ ਵੀਜ਼ਾ ਅਫਸਰ ਨੇ ਉਹਨੂੰ ਰਿਫਿਊਜ਼ ਕਰ ਦਿੱਤਾ ਕੋਈ ਮੇਜਰ ਰੀਜ਼ਨ ਨਹੀਂ ਦਿੱਤਾ ਬਟ ਉਸ ਬੱਚੇ ਨੂੰ ਮੈਂ ਸਮਝਾਇਆ ਕਿ ਹੋ ਸਕਦਾ ਤੇਰੇ ਜਾਲੀ ਡਾਕੂਮੈਂਟਸ ਕਰਕੇ ਵੀਜ਼ਾ ਅਫਸਰ ਨੇ ਤੈਨੂੰ ਰਿਫਿਊਜ਼ ਕੀਤਾ ਉਹ ਕਹਿੰਦਾ ਨਹੀਂ ਮੈਮ ਮੈਨੂੰ ਵੀਜ਼ਾ ਅਫਸਰ ਨੇ ਜਾਲੀ ਡਾਕੂਮੈਂਟਸ ਕਰਕੇ ਰਿਫਿਊਜ਼ ਕਰਨਾ ਹੁੰਦਾ ਤਾਂ ਮੈਨੂੰ ਬੈਨ ਕਰਦਾ ਹੋ ਸਕਦਾ ਵੀਜ਼ਾ ਅਫਸਰ ਨੇ ਤੈਨੂੰ ਚਾਂਸ ਦਿੱਤਾ ਹੋਵੇ ਮੇਰਾ ਏਜੰਟ ਕਹਿੰਦਾ ਇਸੇ ਜਾਲੀ ਡਾਕੂਮੈਂਟਸ 'ਤੇ ਦੁਬਾਰਾ ਅਪਲਾਈ ਕਰਕੇ ਅੰਮ੍ਰਿਤਸਰ ਤੋਂ ਬੱਚਾ ਸੀ ਦੁਬਾਰਾ ਅਪਲਾਈ ਕਰਕੇ ਮੈਂ ਵੀਜ਼ਾ ਕੱਢ ਲਊਂਗਾ ਮਤਲਬ ਇਵੇਂ ਦੇ ਕੇਸਿਸ ਨੂੰ ਮੈਂ ਹੋ ਸਕਦਾ ਵੀਜ਼ਾ ਅਫਸਰ ਨੇ ਕਿਸੇ ਤਰ੍ਹਾਂ ਸੋਫਟ ਹਾਰਟ ਨੂੰ ਲੈ ਕੇ ਜਾਂ ਕਿਸੇ ਤਰੀਕੇ ਨਾਲ
ਇਹ ਨਹੀਂ ਹੋ ਸਕਦਾ ਕਿ ਅੰਬੈਸੀ ਤੁਹਾਡੇ ਜਾਲੀ ਡਾਕੂਮੈਂਟ ਚੈੱਕ ਨਹੀਂ ਕਰ ਸਕਦੀ, ਬਿਲਕੁਲ ਅਥਾਰਟੀਜ਼ ਹੈਗੀਆਂ ਨੇ ਉਹਨਾਂ ਕੋਲ ਚੈੱਕ ਕਰ ਸਕਦੀਆਂ। ਬਾਕੀ ਜਿਵੇਂ ਅਮਨ ਜੀ ਤੁਸੀਂ ਗੱਲ ਕੀਤੀ ਹੈ ਕਿ ਕਿਹੜੇ ਬੱਚਿਆਂ ਨੂੰ ਵੀਜ਼ਾ ਦੇ ਰਿਹਾ, ਇੱਕ ਜੈਨੂਅਨ ਪ੍ਰੋਫਾਈਲ 'ਤੇ ਜਿਹੜੇ ਬੱਚੇ ਸਿਸਟਮ ਨੂੰ ਸਮਝ ਕੇ ਸਿਸਟਮ ਦੇ ਵਿੱਚ ਅਪਲਾਈ ਕਰ ਰਹੇ ਨੇ, ਜੀ ਟੀ ਕਰਟੀਰੀਆ ਸਹੀ ਤਰੀਕੇ ਨਾਲ ਕਲੀਅਰ ਹੋ ਰਿਹਾ ਬੱਚੇ ਦਾ, ਵਿਦਾਊਟ ਗੈਪ ਫੰਡ ਵੈਰੀਫਿਕੇਸ਼ਨ ਨਾਲ ਦੇ ਰਹੇ ਨੇ, ਉਹ ਬੱਚਿਆਂ ਨੂੰ ਵੀਜ਼ਾ ਆ ਰਹੇ ਨੇ। ਜੇ ਕਿਤੇ ਵੀ ਕੋਈ ਵੀਜ਼ਾ ਅਫਸਰ ਦੀ ਇਨਕੁਆਇਰੀ ਰੁਕਦੀ ਆ, ਉੱਥੇ ਬੱਚਾ ਜਿਹੜਾ ਹੈ ਉਹ ਰਿਫਿਊਜ਼ ਹੋ ਜਾਂਦਾ ਹੈ ਜੀ। ਸੋ ਆਸਟ੍ਰੇਲੀਆ ਜਾਣ ਵਾਲੇ ਬੜੀ ਧਿਆਨ ਰੱਖਣ ਇਹਨਾਂ ਚੀਜ਼ਾਂ ਦਾ, ਬਿਲਕੁਲ ਨਕਲੀ ਫੰਡ ਜਾਂ ਵੈਰੀਫਾਈ ਨਾ ਹੋਣੇ ਫੰਡ ਜਾਂ ਨਕਲੀ ਡਾਕੂਮੈਂਟ, ਅਕੈਡਮਿਕਸ, ਆਇਲਸ, ਕੁਛ ਵੀ ਹੋ ਸਕਦਾ, ਐਕਸਪੀਰੀਅੰਸ, ਕੋਈ ਵੀ ਤੁਹਾਡਾ ਵੈਰੀਫਿਕੇਸ਼ਨ ਜਿਹਦੀ ਨਾ ਹੋਈ ਉਹ ਤੁਹਾਡੇ ਰਿਫਿਊਜ਼ਲ ਦਾ ਕਾਰਨ ਜਿਹੜਾ ਉਹ ਬਣ ਸਕਦਾ। ਬਹੁਤ ਹੀ ਧਿਆਨ ਨਾਲ ਡਿਸੀਜ਼ਨ ਲਿਓ। ਏਜੰਟ ਨੇ ਆਪਣੇ ਫਾਇਦੇ ਪਿੱਛੇ ਤੁਹਾਨੂੰ ਕੁਛ ਵੀ ਕਹਿ ਦੇਣਾ, ਬਟ ਧਿਆਨ ਰੱਖਿਓ ਇਹ ਨਾ ਹੋਵੇ ਜਲਦੀ ਕਰ ਦਿਓ ਜੀ ਮੈਂ ਕਰ ਦੂੰਗਾ ਕਹਿ ਕੇ ਉਹ ਲੈ ਲਵੇ ਫਾਈਲ ਅਤੇ ਮੁੜ ਕੇ ਤੁਹਾਡੇ ਫਿਊਚਰ ਬਾਰੇ ਇੱਕ ਰਿਫਿਊਜ਼ਲ ਦਾ ਧੱਬਾ ਜਿਹੜਾ ਉਹ ਲਵਾ ਕੇ ਰੱਖ ਦੇਵੇ, ਜਿਹਦੇ ਤੁਹਾਨੂੰ ਪਤਾ ਵੀ ਨਾ ਹੋਵੇ ਤੁਹਾਡੇ ਡਾਕੂਮੈਂਟ ਲੱਗੇ ਕੀ ਨੇ। ਜਿਹੜੇ ਆਸਟ੍ਰੇਲੀਆ ਹੁਣ ਜਾ ਰਹੇ ਨੇ ਬੱਚੇ, ਉਹਨਾਂ ਨੂੰ ਕੀ ਜਿਹੜਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇੱਥੋਂ ਕਹਿ ਕੇ ਭੇਜਿਆ ਜਾ ਰਿਹਾ ਫਲਾਣੀ ਯੂਨੀਵਰਸਿਟੀ ਵਧੀਆ ਲੈ ਤੀ, ਤੈਨੂੰ ਜਾ ਕੇ ਕਾਲਜ ਚੇਂਜ ਕਰ ਲਈ ਜੀ। ਉੱਥੇ ਇੱਕ ਸਿਸਟਮ ਹੋ ਗਿਆ ਵੀ ਜੇ ਤੁਸੀਂ ਹਾਇਰ ਸਟੱਡੀ ਦੇ ਵਿੱਚ ਆਏ ਹੋ, ਜੇ ਤੁਸੀਂ ਉੱਥੇ ਜਾ ਕੇ ਲੋਅਰ ਲੈ ਲੈਂਦੇ ਹੋ ਤਾਂ ਆਟੋਮੈਟਿਕਲੀ ਵੀਜ਼ਾ ਜਿਹੜਾ ਉਹ ਕੈਂਸਲ ਮੰਨਿਆ ਜਾਂਦਾ, ਕਿਉਂਕਿ ਤੁਸੀਂ ਮਿਸ ਕਮਿਟਮੈਂਟ ਕੀਤੀ ਹੈ ਜੀ। ਇੱਦਾਂ ਦੀ ਕਮਿਟਮੈਂਟ ਕਰਕੇ ਵੀ ਕਾਫੀ ਜਾ ਰਹੇ ਨੇ, ਜਾ ਕੇ ਚੇਂਜ ਕਰ ਲਾਂਗੇ ਜੀ, ਦੇਖੀ ਜਾਏਗੀ ਜੀ, ਪਹਿਲੇ ਵੀ ਕੀਤਾ, ਹੁਣ ਕੀ ਗਾਈਡ ਕਰ। ਦੇਖੋ ਅਮਨ ਜੀ, ਪਹਿਲਾਂ ਉੱਥੇ ਜਾ ਕੇ ਕਰ ਲਾਂਗੇ, ਮੇਰਾ ਇੱਕੋ ਹੀ, ਮੈਂ ਜਦੋਂ ਵੀ ਗਾਈਡ ਕਰਦੀ ਹਾਂ ਬੱਚੇ ਨੂੰ, ਮੈਂ ਕਹਿੰਦੀ ਹਾਂ ਸਿਸਟਮ ਨੂੰ ਸਮਝੋ, ਸਿਸਟਮ ਦੇ ਵਿੱਚ ਪਾਓ। ਹਾਇਰ ਐਜੂਕੇਸ਼ਨ ਲਈ ਜਾ ਰਹੇ ਹਾਂ, ਉੱਥੇ ਜਾ ਕੇ ਲੋਅਰ ਸੈਟ ਐਜੂਕੇਸ਼ਨ ਦੇ ਵੱਲ ਆਪਾਂ ਤੁਸੀਂ ਮੂਵ ਕਰੋਗੇ ਤਾਂ ਆਟੋਮੈਟਿਕਲੀ ਤੁਹਾਡਾ ਵੀਜ਼ਾ ਕੈਂਸਲ ਆ, ਜਿਵੇਂ ਅਮਨ ਜੀ ਨੇ ਦੱਸਿਆ। ਉਹਦੇ 'ਚ ਭੁਗਤਾਨ ਕੌਣ ਭਰੇਗਾ? ਬੱਚਾ। ਇੱਥੋਂ ਹੀ ਕਿਉਂ ਨਹੀਂ ਆਪਾਂ ਡਿਸਾਈਡ ਕਰਕੇ ਜਾ ਰਹੇ ਕਿ ਆਪਾਂ ਕੀ ਕਰਨਾ? ਯੂਨੀਵਰਸਿਟੀ 'ਚ ਚਲ ਜਾਓ, ਕਾਲਜ 'ਚ ਚਲ ਜਾਓ, ਜਿਹੜੇ 'ਚ ਵੀ ਜਾਣਾ, ਵੀਜ਼ਾ ਅਫਸਰ ਨੂੰ ਜਾਂ ਯੂਨੀਵਰਸਿਟੀ ਨੂੰ ਲੈ ਕੇ ਜਾਂ ਕਾਲਜ ਨੂੰ ਲੈ ਕੇ ਇੰਨੀ ਜ਼ਿਆਦਾ ਮੇਜ਼ਰ ਪ੍ਰੋਬਲਮ ਨਹੀਂ ਹੁੰਦੀ। ਠੀਕ ਹੈ, ਕੁਛ ਲੈਵਲ 1 ਦੇ ਕਾਲਜਿਸ ਦੇ ਵੀਜ਼ਾ ਸਕਸੈਸ ਰੇਟ ਜ਼ਿਆਦਾ ਨੇ, ਉੱਥੇ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ, ਪਰ ਇਹ ਨਹੀਂ ਕਿ ਜਿਹੜੇ ਲੈਵਲ 1 ਤੋਂ ਕਾਲਜ ਨੀਚੇ ਆ ਰਹੇ ਨੇ ਉਹਨਾਂ ਦੇ ਵੀਜ਼ਾਸ ਨਹੀਂ ਗ੍ਰਾਂਟ ਹੋ ਰਹੇ। ਉਹਨਾਂ ਦੇ ਵੀ ਵੀਜ਼ਾਸ ਦਾ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਮੇਰਾ ਪ੍ਰੋਫਾਈਲ ਹੈ, ਮੈਂ ਉੱਥੇ ਪੜ੍ਹਨ ਜਾਣਾ, ਵੀਜ਼ਾ ਅਫਸਰ ਨੂੰ ਤੁਹਾਡਾ ਉੱਥੇ ਪੜ੍ਹਨ ਜਾਣਾ ਔਰ ਤੁਹਾਡੀਆਂ ਅਟੈਂਸ਼ਨਸ ਚਾਹੀਦੀਆਂ ਨੇ ਕਿ ਉਹ ਕਲੀਅਰ ਨੇ। ਬਾਕੀ ਤੁਸੀਂ ਉੱਥੇ ਸਟੱਡੀ ਕਰਨ ਜਾ ਰਹੇ ਹੋ, ਸਭ ਤੋਂ ਪਹਿਲਾਂ ਮੈਂ ਵਰਡ ਯੂਜ਼ ਕਰਦੀ ਹਾਂ ਮੈਨੂਪਲੇਸ਼ਨ। ਕਿਸੇ ਵੀ ਤਰ੍ਹਾਂ ਦੀ ਮੈਨੂਪਲੇਸ਼ਨ ਵੀਜ਼ਾ ਅਫਸਰ ਕਦੀ ਬਰਦਾਸ਼ਤ ਨਹੀਂ ਕਰਦਾ, ਉਸ ਬੇਸ 'ਤੇ ਤੁਹਾਨੂੰ ਕਦੀ ਵੀਜ਼ਾ ਨਹੀਂ ਦਿੰਦਾ। ਕੱਲ੍ਹ ਦੇ ਦਿਨ ਤੁਸੀਂ ਇੱਥੋਂ ਕੋਈ ਵੀ ਜੁਗਾੜ ਲਾ ਕੇ ਚਲੇ ਜਾਓਗੇ, ਚਲੋ ਯੂਨੀਵਰਸਿਟੀ 'ਚ ਅਪਲਾਈ ਕਰ ਦਿੱਤਾ, ਉੱਥੇ ਜਾ ਕੇ ਸਟੱਡੀ ਨਹੀਂ ਕੀਤੀ, ਜਾਂ ਉੱਥੇ ਮੈਨੂੰ ਕਹਿਤਾ ਕਿ ਕਾਲਜ ਚੇਂਜ ਹੋ ਜੂਗਾ, ਬਾਈ ਦੇਵੇ ਕੱਲ੍ਹ ਦੇ ਦਿਨ ਉਹ ਜਿਹੜੀ ਤੁਹਾਡੀ ਪੁਆਇੰਟ ਕੈਲਕੂਲੇਸ਼ਨ ਆ ਉਹਦੇ ਵਿੱਚ ਤੁਹਾਡੀ PR ਹੀ ਨਾ ਨਿਕਲੇ, ਫਿਰ ਕੀ ਕਰੋਗੇ? ਇਹ ਚੀਜ਼ ਮੈਮ ਉੱਥੇ ਵੀ ਕਾਊਂਟ ਕਰਦੀ। ਹੁਣ ਕਈਆਂ ਨੇ ਕੀ ਕੀਤਾ ਜੀ, ਨਕਲੇ ਡਾਕੂਮੈਂਟ ਬਣਾਏ, ਡਿਗਰੀ ਬਣਾਈ, ਕੁਛ ਬਣਾਇਆ, ਚਲੇ ਗਏ ਚਲੇ ਗਏ, ਗੈਪ ਕਵਰ ਕੀਤਾ। ਹਾਂ, ਮੈਂ ਉੱਥੇ ਆਉਣ ਲੱਗੀ ਸੀ ਜਦੋਂ 2-3 ਸਾਲ ਬਾਅਦ PR ਹੋਣੀ ਹੈ, ਫਿਰ ਉਹੀ ਉੱਥੇ ਹੀ ਆਉਣ ਲੱਗੀ ਸੀ ਮੈਂ, ਜਿਹੜੀ 2 ਸਾਲ ਬਾਅਦ, 3 ਸਾਲ ਬਾਅਦ PR ਹੋਣੀ ਆ, ਤੁਹਾਡੀ ਵੈਸ ਨਹੀਂ ਕਲੀਅਰ ਹੋਣੀ ਹੈ, ਤੁਹਾਡੇ ਡਾਕੂਮੈਂਟਸ ਨਹੀਂ ਕਲੀਅਰ ਹੋਣੇ, ਫਿਰ ਉੱਥੇ ਕੀ ਕਰੋਗੇ? ਫਿਰ ਐਂਡ 'ਤੇ ਕੀ, ਆਪਣੇ ਕੰਟਰੀ ਵਾਪਸ ਆਉਂਗੇ? ਤੁਹਾਨੂੰ ਕੀ ਲੱਗਦਾ ਕਿ ਉੱਥੇ ਕੋਈ ਦਰਖਤ ਲੱਗਿਆ ਹੋਇਆ ਕਿ ਉਹਨੇ ਦੇਰ 'ਚ ਤੁਸੀਂ 5-7 ਕਰੋੜ 20 ਕਰੋੜ ਕਮਾ ਲੈਣਾ, ਇੰਡੀਆ ਕੇ ਸੈਟਲ ਹੋ ਜਾਓਗੇ? ਪੋਸੀਬਲ ਹੈ? ਬਿਲਕੁਲ ਪੋਸੀਬਲ ਨਹੀਂ ਹੈ ਬੱਚੇ। ਤੁਸੀਂ ਆਪਣਾ ਫਿਊਚਰ ਸੋਚ ਰਹੇ ਹੋ, ਫਿਊਚਰ ਸੋਚ ਕੇ ਜਾਓ, ਇਹ ਨਹੀਂ ਕਿ ਮੈਂ ਅੱਜ ਇੱਥੋਂ ਇੱਕ ਵਾਰ ਚਲਾ ਜਾਂ। ਜਿਹੜੇ ਵੀ ਬੰਦੇ ਨੇ ਡਾਕੂਮੈਂਟ ਮੈਨੂਪਲੇਟ ਕਰਕੇ ਦਿੱਤੇ, ਕੀ ਉਹ 10 ਸਾਲ 5 ਸਾਲ ਬਾਅਦ ਤੁਹਾਡੇ ਨਾਲ ਖੜਾ ਹੋਊਗਾ, ਉਹ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰਕੇ ਦਊਗਾ? ਇਹ ਸਾਰੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਣੇ ਚਾਹੀਦੇ ਨੇ। ਤੁਸੀਂ ਪੁੱਟ ਆਊਟ ਕਰ ਸਕਦੇ ਆ ਸਵਾਲ, ਇਹ ਨਹੀਂ ਕਿ ਉਹਨੇ ਮੈਨੂੰ ਕਿਹਾ ਡਾਕੂਮੈਂਟਸ ਬਣਾ ਲਓ, ਬਣਾ ਕੇ ਅਤੇ ਲਾ ਦਿੱਤੇ। ਕੱਲ੍ਹ ਦੇ ਦਿਨ PR ਵੀ ਲੈਣੀ ਆ, ਆਪਾਂ ਉੱਥੇ ਸੈਟਲਮੈਂਟ ਲਈ ਜਾ ਰਹੇ ਹਾਂ, ਆਪਣਾ ਕੋਈ ਹੋਰ ਅਟੈਂਸ਼ਨ ਨਹੀਂ ਹੈ ਕਿ ਉੱਥੇ 2 ਨੰਬਰ 'ਚ ਰਹਿਣਾ ਹੈ, ਜਾਂ ਅਸੀਂ ਉੱਥੇ PR ਨਹੀਂ ਲਵਾਂਗੇ, ਜਾਂ ਅਸੀਂ ਬਸ ਇੱਥੋਂ ਇੰਡੀਆ ਨੂੰ ਤਿਆਗ ਦਿੱਤਾ, ਬਾਅਦ 'ਚ ਇੰਡੀਆ ਅਸੀਂ ਵੜਨਾ ਹੀ ਨਹੀਂ ਹੈ। ਆਸਟ੍ਰੇਲੀਆ ਤਾਂ ਇਹਨਾਂ ਚੀਜ਼ਾਂ ਨੂੰ ਟੋਲਰੇਟ ਹੀ ਨਹੀਂ ਕਰਦਾ, ਚਲੋ ਕੈਨੇਡਾ 'ਚ ਫਿਰ ਵੀ ਤੁਸੀਂ ਅਸਾਈਲਮ ਪਾ ਕੇ ਕਿਸੇ ਤਰੀਕੇ ਨਾਲ ਰਹਿ ਲੈਂਦੇ ਹੋ, ਆਸਟ੍ਰੇਲੀਆ 'ਚ ਤਾਂ ਪੋਸੀਬਲ ਹੀ ਨਹੀਂ ਹੈ, ਉਹਨਾਂ ਨੇ ਤਾਂ ਨਾਲ ਦੀ ਨਾਲ ਤੁਹਾਨੂੰ ਵਾਪਸੀ ਦਾ ਜਹਾਜ਼ ਚੜ੍ਹਾ ਦੇਣਾ। ਧਿਆਨ ਰੱਖੋ ਕਿ ਆਪਾਂ ਆਪਣੇ ਫਿਊਚਰ ਨੂੰ ਬਣਾਉਣਾ ਹੈ। ਇੰਡੀਆ ਬਹੁਤ ਅੱਛਾ ਕੰਟਰੀ ਹੈ, ਇੰਡੀਆ 'ਚ ਰਹਿ ਕੇ ਵੀ ਸਰਵਾਈਵ ਕੀਤਾ ਜਾ ਸਕਦਾ ਹੈ, ਸਟੱਡੀ ਕੀਤੀ ਜਾ ਸਕਦੀ ਹੈ, ਸੈਟਲ ਹੋਇਆ ਜਾ ਸਕਦਾ ਹੈ, ਬਟ ਵਿਦਾਊਟ ਮੈਨੂਪਲੇਸ਼ਨ, ਵਿਦਾਊਟ ਉਹਨਾਂ ਚੀਜ਼ਾਂ ਤੋਂ ਕੁਛ ਕਰੋਗੇ। ਜੇ ਮੈਂ ਆਪਣੀ ਇੱਕ ਹੋਨੈਸਟੀ ਨਾਲ ਸਟੱਡੀ ਕਰਾਂ, ਇਮਾਨਦਾਰੀ ਨਾਲ ਪੜ੍ਹਾਈ ਕਰਾਂ, ਤਾਂ ਮੈਨੂੰ ਪਤਾ ਹੁੰਦਾ ਕਿ ਮੈਨੂੰ ਇੰਨੇ ਨੰਬਰ ਆਉਣੇ ਆ। ਜੇ ਮੈਂ ਨਕਲ ਮਾਰ ਕੇ ਸਟੱਡੀ ਕੀਤੀ ਹੁੰਦੀ ਹੈ ਨਾ, ਤਾਂ ਮੈਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ 50 ਵੀ ਆ ਸਕਦੇ ਆ, ਤਾਂ ਮੈਨੂੰ ਉਹ ਐਗਜ਼ਾਮਿਨਰ ਉਡਾ ਵੀ ਸਕਦਾ ਹੈ। ਇਸ ਕਰਕੇ ਆਪਣੇ ਆਪ 'ਤੇ ਜੂਆ ਨਾ ਖੇਡੋ ਕਿਸੇ ਵੀ ਤਰ੍ਹਾਂ ਦਾ। ਤੁਹਾਡਾ ਫਿਊਚਰ ਹੈ, ਤੁਹਾਡਾ ਕੈਰੀਅਰ ਆ, ਬਹੁਤ ਇੰਪੋਰਟੈਂਟ ਹੈ, ਇਹਦੇ ਉੱਪਰ ਤੁਹਾਡੀ ਪੂਰੀ ਦੀ ਪੂਰੀ ਲਾਈਫ ਟਿਕੀ ਹੋਈ ਹੈ। ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ, ਤੁਹਾਡੇ ਪੇਰੈਂਟਸ ਦੀ ਇਨਵੈਸਟਮੈਂਟ ਹੋ ਤੁਸੀਂ।
जी हेलो, मैम। सर हाँ जी इंद्रजीत बोल रही हैं जलंधर तो। जी मैम जी, की सवाल है? हाँ जी सर, मैं प्लस 2021 के पास आउट की थी है। हाँ है जी, इसे ही है। जी सर, मेरे सीट की थी ओवरऑल 40 से लेस देन 49 में। हाँ जी सर, से मेरा स्टेडियर हो जाएगा। ऑस्ट्रेलिया। पीटी ओवरऑल कितने ने जी? सर ओवरऑल मेरे 60 में। हाँ एक जो 49 जी है, सर, ठीक हाँ जी सर, है सीटी ना। छुट्टी हुई है। केड़े स्ट्रीम च कीती है प्लस टू? प्लस टू कड़े स्ट्रीम चे जी थोड़ी? सर नॉन मेडिकल से है। जी बिल्कुल हो जाऊगा, अप्लाई करो बच्चे, बिल्कुल थोड़ी जड़ी है जड़ी स्टडी है हमने तुसी क्लियर कीती है। बहुत वधिया गल है, तुसी बहुत अवेयर बच्चे हो कि हमने तुसी पीटी भी अपनी कर ली है, पीटी स्कोर सफिशेंट है। जो थोड़े माइंड के 49 लैके कोई डाउट है ना, तो तुसी आफ्टर शो भी इस चीज़ पर डिस्कस कर सकते हो मेरी काउंसलिंग टीम तो तुसी मैनू भी मिल सकते हो टाइम लैके जो मिलना चाहते हो तो। इस 49 स्कोर नू इन्ना वड्डा मुद्दा ना बनाओ, तुहानू लैवल 1 दे कॉलेज दे विच आराम ना एडमिशन मिल के आराम ना तुहाडा वीज़ा निकल सकदा है। इत्थों अपना तुसी अपनी स्टडी दे लई अप्लाई करके चले जाओ, क्योंकि इत्थे बैठ के बच्चे इन्हां चीज़ां ते डिस्कस करके जदों गैप वधा लैंदे ने फिर नैगेटिविटी चीज़ां नैगेटिव क्रिएट हुंदियां ने, उत्थे नैगेटिविटी कितें ना कितें प्रोफाइल दे विच आ जांदी ने। हुण सफिशेंट प्रोफाइल है तुहाडा, अच्छा सफिशेंट तुहाडा पीटी स्कोर है, अच्छा जिहड़ा तुसी हुणे अपना सारी तैयारी करके बैठे हो, मेरे अकॉर्डिंगली तुहानू अप्लाई करना चाहिए, डिले नहीं करना चाहिए। जी। सुमन दे विच कोई भी सवाल आउंदा जी क्रिएटिव फ्यूचर तक तुसी पुछ सकदे हो। मैम हुण तुसी कैनेडा दस्सिया, अक्टूबर नवंबर इनटेक हैगी है, फॉल जी इनटेक जिहड़े है, जी अदरवाइज ज्यादा चांसेस हुण जनवरी या मई दे कड़े चल रहे ने? देखो अमन जी, जनवरी दे लई बच्चा अप्लाई कर ले, मई नूं हजे मैं प्रेफर नहीं करूँगी, क्योंकि जनवरी दे विच काफ़ी सीट्स अवेलेबल ने, बच्चा अप्लाई कर सकता है, कंडीशनल मंगा के रख ले अपने। काफ़ी लोकेशंस दे विच अच्छे कॉलेजेस ने जो वेव ऑफ जिहड़े अच्छे स्टूडेंट ने अच्छी परसेंटेज वाले ने उन्होंने वेव ऑफ फी मिल रहा है, बट अप्लाई कर लो, डिले ना करो। अक्टूबर नवंबर दे विच मैं उन्हां बच्चों नूं अप्लाई करन लई कहिंदी आ जिहड़े बच्चे साढ़े ਜਾਂ ਤਾਂ ਉਹਨਾਂ ਦੀ ਰਿਫਿਊਜ਼ਲ ਆ ਗਈ ਆ ਜਾਂ ਬਹੁਤ ਚਿਰ ਦਾ ਗੈਪ ਹੈ, ਫੋਲ ਇਨਟੇਕ ਦੇ ਵਿੱਚ ਅਪਲਾਈ ਕਰਕੇ ਵੀਜ਼ਾ ਕੱਢ ਸਕਦੇ ਨੇ ਕਿ ਉਹਨਾਂ ਦਾ ਅੱਗੇ ਗੈਪ ਨਾ ਵਧੇ। ਜਾਂ ਨੋਨ ਐਸ ਡੀ ਐਸ ਕੈਟਾਗਰੀ ਵਾਲੇ ਬੱਚੇ ਆ, ਐਸ ਡੀ ਐਸ ਵਾਲੇ ਬੱਚਿਆਂ ਨੂੰ ਜਨਵਰੀ ਇਨਟੇਕ ਲੈ ਲੈਣਾ ਚਾਹੀਦਾ, ਮਈ ਇਨਟੇਕ ਥੋੜ੍ਹਾ ਜਿਹਾ ਹਜੇ ਸਮਾਂ ਹੈਗਾ ਇਹਨੇ ਉਹਦੇ ਵਿੱਚ ਹੈਗਾ ਹੈ, ਤੁਸੀਂ ਸਭ ਤੋਂ ਪਹਿਲਾਂ ਫੋਕਸ ਜਿਹੜਾ ਆਪਣਾ ਜਨਵਰੀ ਇਨਟੇਕ 'ਤੇ ਕਰੋ ਜੀ। ਸੋ ਇੱਥੇ ਕੁਛ ਵੀਜ਼ਾ ਵੀ ਤੁਹਾਨੂੰ ਦਿਖਾਵਾਂਗੇ ਜੀ ਜਿਹੜੇ ਕ੍ਰੀਏਟਿਵ ਫੀਚਰ ਵੱਲੋਂ ਲੱਗੇ ਆ, ਤਾਂ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਤੁਸੀਂ ਟੀਮ ਦਾ ਐਕਸਪੀਰੀਅੰਸ ਕੀ ਰਿਹਾ ਬੱਚਿਆਂ ਤੋਂ ਉਹ ਵੀ ਮਿਲ ਕੇ ਜਾਣ ਸਕਦੇ ਹੋ। ਖੁਦ ਮਿਲਣਾ ਚਾਹੁੰਦੇ ਹੋ ਮੈਮ ਨੂੰ ਤਾਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਮਿਲ ਵੀ ਸਕਦੇ ਹੋ। ਆਓ ਮਿਲਦੇ ਹਾਂ ਕੁਛ ਬੱਚਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਮਾ ਕ੍ਰੀਏਟਿਵ ਫਿਊਚਰ ਕਾਉਂਸਲਰ ਵੱਲੋਂ, ਅਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਸਿਮਰਨਪ੍ਰੀਤ ਦਾ ਮਾਈਲਡ ਟੇਕ ਦਾ ਵੀਜ਼ਾ ਸਾਨੂੰ ਅਜੇ ਮਿਲ ਰਿਹਾ ਹੈ, ਅਤੇ ਅਸੀਂ ਇਹਨਾਂ ਨੂੰ ਇਹਨਾਂ ਦਾ ਵੀਜ਼ਾ ਹੈਂਡਓਵਰ ਕਰ ਰਹੇ ਹਾਂ, ਅਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਿਮਰਨਪ੍ਰੀਤ ਕੌਰ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਮੇਨ ਟੇਕ ਦਾ ਵੀਜ਼ਾ ਆ ਗਿਆ। ਐਕਚੁਅਲੀ ਮੈਂ ਆਪਣੀ ਪਲੱਸ ਟੂ ਜਿਹੜੀ ਹੈਗੀ ਆ 2016 'ਚ ਕੰਪਲੀਟ ਕੀਤੀ ਸੀਗੀ, ਅਤੇ ਮੈਂ ਗ੍ਰੈਜੂਏਟ ਸਟੂਡੈਂਟ ਹਾਂ, ਅਤੇ ਮੈਂ ਚਾਹੁੰਦੀ ਸੀ ਮੈਂ ਹਾਇਰ ਐਜੂਕੇਸ਼ਨ ਲਈ ਕੈਨੇਡਾ ਜਾਵਾਂ, ਅਤੇ ਮੈਂ ਕ੍ਰੀਏਟਿਵ ਫਿਊਚਰ ਨੂੰ ਅਪਰੋਚ ਕੀਤਾ ਅਤੇ ਗੁਰਪ੍ਰੀਤ ਮੈਮ ਨਾਲ ਮਿਲੀ, ਅਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਮੈਨੂੰ ਬਹੁਤ ਹੈਲਪ ਕੀਤੀ ਕਾਲਜ ਸਿਲੈਕਟ ਕਰਨ ਵਿੱਚ, ਕੋਰਸ ਸਿਲੈਕਟ ਕਰਨ ਵਿੱਚ, ਅਤੇ ਬਹੁਤ ਹੀ ਸਮੂਥਲੀ ਜਿਹੜਾ ਹੈਗਾ ਮੇਰਾ ਪ੍ਰੋਸੈਸ ਚੱਲਿਆ, ਅਤੇ ਹੁਣ ਮੇਰਾ ਵੀਜ਼ਾ ਆ ਗਿਆ ਮੇਨ ਟੇਕ ਦਾ, ਹਰਪ੍ਰੀਤ ਕੌਰ ਮੋਗਾ ਤੋਂ, ਅਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਇੱਕ ਮੋਡਿਊਲ 'ਚ 5.5 ਬੈਂਡ ਸੀ, ਮੈਂ ਬਹੁਤ ਏਜੰਟਸ ਕੋਲ ਗਈ ਸੀ ਅਤੇ ਉਹਨਾਂ ਨੇ ਮੈਨੂੰ ਮਨਾ ਕਰਤਾ ਸੀ, ਬਟ ਉਸ ਤੋਂ ਬਾਅਦ ਮੈਂ ਗੁਰਪ੍ਰੀਤ ਮੈਮ ਦਾ ਲਾਈਵ ਸ਼ੋਅ ਵੇਖਿਆ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ, ਅਤੇ ਮੈਂ ਉਹਨਾਂ ਦਾ ਸ਼ੋਅ ਵੇਖ ਕੇ ਇੱਥੇ ਵਿਜ਼ਿਟ ਕੀਤਾ, ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਫਾਈਨਲੀ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਸੋ ਜਿਨ੍ਹਾਂ ਵੀ ਸਟੂਡੈਂਟਸ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੋਵੇ, ਜਿਨ੍ਹਾਂ ਦੇ 5.5 ਮੋਡਿਊਲ ਸੀ, ਅਤੇ ਉਹ ਇੱਥੇ ਵਿਜ਼ਿਟ ਕਰਨ। ਇਹ ਸੀਗੇ ਜੀ ਕੁਛ ਬੱਚੇ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਰਹਿ ਗਿਆ ਹੋਵੇ, ਹੁਣ ਡਾਇਰੈਕਟਲੀ ਕ੍ਰੀਏਟਿਵ ਫਿਊਚਰ ਤੱਕ ਕਰ ਸਕਦੇ ਹੋ। ਮੈਮ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।